ਪਹਿਲਾਂ ਕਹਿੰਦੇ ਸੀ ਸਰਦਾਰ ਬੰਦਾ ਫੈਸ਼ਨ ਨਹੀਂ ਕਰ ਸਕਦਾ, ਤੇ ਮੈਂ ਕਿਹਾ ਮੈਂ ਤਾਂ ਕਰਕੇ ਦਿਖਾਊ। ਫਿਰ ਕਹਿੰਦੇ ਸਰਦਾਰ ਬੰਦਾ ਫਿਲਮਾਂ 'ਚ ਨਹੀਂ ਆ ਸਕਦਾ, ਮੈਂ ਕਿਹਾ ਮੈਂ ਤਾਂ ਕਰਕੇ ਦਿਖਾਊ। ਫਿਰ ਕਹਿੰਦੇ ਪੰਜਾਬੀ ਫਿਲਮਾਂ 'ਚ ਚਲ ਗਿਆ, ਬੰਬੇ ਨਹੀਂ ਜਾ ਸਕਦਾ, ਮੈਂ ਕਿਹਾ ਮੈਂ ਤਾਂ ਕਰਕੇ ਦਿਖਾਊ। ਫਿਰ ਕਹਿੰਦੇ ਬਾਹਰ ਅਰੀਨਾ ਸੋਲਡ ਆਊਟ ਨਹੀਂ ਹੋ ਸਕਦੇ, ਮੈਂ ਕਿਹਾ ਮੈਂ ਤਾਂ ਸਟੇਡੀਅਮ ਕਰਕੇ ਦਿਖਾਊ। Daljeet is fucking gold. What he has done in Vancouver, Winnipeg can't miss that. Every time he's here in Winnipeg, we're gonna come and shout for him. I'm not kidding. Mere ko kal raat ko neend nahi aayi thi because I was just thinking ki bhai kal Diljit Dosanjh ka show hai, main usko in person dekhungi. My hands were shaking when I saw him. So you can imagine how big of an impact he has on us. Kuch bolne nahi ja rahe, speechless. It was amazing. Haji rab 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 kai log le rab. ਤੁਸੀਂ ਬਹੁਤ ਮਿਹਨਤ ਕਰਦੇ ਹੋ ਨਾ, ਮੁਲਕਾਂ ਦੇ ਵਿੱਚ ਰਹਿਣਾ ਸੌਖਾ ਨਹੀਂ, ਐਵਰੀ ਡੇ ਡੇ ਟੂ ਡੇ ਲਾਈਫ ਬੜੀ ਹਾਰਡ ਹੈ। ਸੋ ਮੈਂ ਸਾਡੇ ਵੱਲੋਂ ਇਹ ਕੋਸ਼ਿਸ਼ ਰਹੇਗੀ ਕਿ ਅੱਜ ਦੀ ਰਾਤ ਤੁਸੀਂ ਸਾਰੇ ਫਿਕਰ ਭੁੱਲ ਕੇ, ਸਾਰੀਆਂ ਟੈਨਸ਼ਨਾਂ ਭੁੱਲ ਕੇ ਇੰਜੋਏ ਕਰ ਸਕੋ। ਮੈਂ ਪਾਕਿਸਤਾਨ ਸੇ ਹੂੰ, ਲਾਹੌਰ ਸੇ, ਔਰ ਹਮ ਆਪਕੇ ਬਹੁਤ ਬੜੇ ਫੈਨ ਹੈ। ਪਰ ਐਟ ਦਾ ਮੂਮੈਂਟ ਦਿਲਜੀਤ ਭਾਜੀ ਤੋਂ ਉੱਪਰ ਕੋਈ ਸ਼ੋਅ ਲਾ ਜਾਵੇ। ਮੈਂ ਆਪਣੀਆਂ ਅੱਖਾਂ ਹੀ ਨਹੀਂ ਸੀ ਹਟਾ ਪਾ ਰਹੀ ਉਹਦੇ ਤੋਂ, ਲੇਕਿਨ ਉਹਦੀ ਐਨਰਜੀ ਇੰਨੀ ਪੋਜ਼ਿਟਿਵ ਸੀਗੀ। ਪਤਾ ਹੀ ਨਹੀਂ ਸੀਗਾ ਮੈਨੂੰ ਕਿ ਜੋ ਕਿਵੇਂ 2-3 ਘੰਟੇ ਚਲੇ ਗਏ, ਐਂਡ ਇਟ ਵਾਸ ਲਾਈਕ ਬੈਸਟ ਐਵਰ ਐਕਸਪੀਰੀਅੰਸ। ਜੰਨਤ ਦੇ ਵਿੱਚ ਆ, ਤੇ ਮੈਨੂੰ ਮੇਰੀ ਅੱਖਾਂ ਤੇ ਯਕੀਨ ਨਹੀਂ ਹੋ ਰਿਹਾ ਸੀਗਾ ਕਿ ਸਾਹਮਣੇ ਦਲਜੀਤ ਆ ਤੇ ਮੈਂ ਉਹਨੂੰ ਦੇਖ ਰਹੀ ਹਾਂ ਤੇ ਉਹ ਗਾ ਰਿਹਾ ਸਾਡੇ ਘਰ। ਬੈਠੇ ਹੀ ਨਹੀਂ, ਲੱਤਾਂ ਥੱਕੀ ਜਾਂਦੀਆਂ ਹੁਣ, ਪਿੰਜਰੀਆਂ ਜਾ ਕੇ ਘਰੇ ਨਪਾੜੀ ਜਾਣੇ, ਘੈਂਟ ਸੀ ਯਾਰ, ਬਹੁਤ ਸਵਾਦ। 7th ਕਲਾਉਡ ਤੇ ਆ, ਸੀਰੀਅਸਲੀ ਦਲਜੀਤ, ਅ ਲੋਟ ਆਫ ਲਵ, ਲੋਟ ਆਫ ਲਵ। ਮੈਨੂੰ ਇੱਕ ਟਾਈਮ ਨਹੀਂ ਤਾਂ ਲੱਗਾ ਮੈਂ ਸਵਰਗਾ 'ਚ ਬੈਠਾ ਕਿਤੇ, ਲਾਈਕ ਇੰਨੇ ਵਧੀਆ ਪਿਆਰੇ ਗਾਣੇ ਚੱਲਦੇ, ਸਭ ਕੁਝ। ਮਤਲਬ ਰੂਹ ਬੰਦੇ ਦੀ ਖੁਸ਼ ਹੋ ਜਾਂਦੀ ਆ, ਇੰਨਾ ਦਿਲੋਂ ਗਾਉਂਦੇ ਆ, ਸਾਰਿਆਂ ਦਾ ਦਿਲ ਲਾਉਂਦੇ ਆ। ਲਵ ਯੂ ਦਲਜੀਤ। ਉਹਦੀ ਨਹੀਂ ਹੁਣ ਕੋਈ ਹੈਗੀ, ਕੋਈ ਰੀਸ ਕਿਤੇ ਹੋ ਹੀ ਨਹੀਂ ਸਕਦੀ, ਨਾ ਆਉਣ ਵਾਲੇ ਸਮੇਂ ਦੀ ਹੋਣੀ। ਉਹ ਬੰਦਾ ਦਣਾ ਦਰਾਜ ਕਰ ਗਿਆ ਵਾ ਤੇ ਉਹ ਬਸ ਗੱਲਬਾਤ ਉਹ ਬਣਾ ਦਿੰਦਾ, ਹੋਰ ਕੋਈ ਬਣਾ ਸਕਦਾ। ਫੁੱਲ ਟਾਈਮ ਕੰਮ ਕਰਦੀ ਆ, ਬਟ ਫਿਰ ਵੀ ਮੈਂ ਆਪਦੇ ਆਵਰਸ ਛੱਡੇ ਨੇ ਕਿਉਂਕਿ ਮੈਂ ਦਲਜੀਤ ਨੂੰ ਮਿਸ ਨਹੀਂ ਸੀ ਕਰਨਾ। ਪਲੀਜ਼ ਜਸਟੀਫਾਈ ਹਿਸ ਨੇਮ, ਦਲਜੀਤ ਲਿੱਤਾ, ਦਲਜੀਤ ਲਿੱਤਾ। ਆ ਮੋਨਾ ਸਿਰਫ ਦਲਜੀਤ ਕਰਕੇ ਕਹਿੰਦਾ ਮੇਰੇ ਅੱਜ ਪੱਗ ਬੰਨ, ਮੈਂ ਇਹਦੇ ਪੱਗ ਬੰਨੀ ਆ। ਮਾਣ ਹੈ ਦਲਜੀਤ ਤੇ, ਅਸੀਂ ਕਦੀ ਇਹਨਾਂ ਇਕੱਠ ਨਹੀਂ ਦੇਖਿਆ ਪੰਜਾਬੀ, ਓਨਲੀ ਬਿਕੋਜ਼ ਆਫ ਦੈਟ ਗਾਏ ਵੀ ਆਰ ਹੇਅਰ ਐਂਡ ਵੀ ਆਰ ਪ੍ਰਾਊਡ ਆਫ ਯੂ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਇਟਸ ਅ ਰੀਲੀ ਓਨਰ
ਟੂ ਅਟੈਂਡ ਦੈਟ ਕਾਈਂਡ ਆਫ ਕੌਨਸਰਟ। ਮੈਂ ਪਹਿਲੇ ਵੈਂਕੂਵਰ ਦੇ ਸ਼ੋਅ ਤੇ ਗਿਆ ਸੀਗਾ, ਅੱਜ ਮੈਂ ਵਿਨੀਪੈਗ ਆਇਆ। ਮੈਂ ਤੁਹਾਡੇ ਸਾਰੇ ਸ਼ੋਅਸ ਤੇ ਆ ਰਿਹਾ, ਈਵਨ ਯੂ ਐਸ ਵਿੱਚ ਵੀ ਆ ਰਿਹਾ ਤੇ ਕੈਨੇਡਾ 'ਚ ਵੀ ਆ ਰਿਹਾ। ਸਾਰੇ ਆਪਣੀ ਆਪਣੀ ਆਈਡੈਂਟੀ ਭੁੱਲ ਗਏ ਸੀਗੇ, ਸਿਰਫ ਇੱਕ ਤੇ ਇੱਕ ਐਨਰਜੀ ਹੀ ਰਹਿ ਗਈ। ਪਰਮਾਤਮਾ ਨੂੰ ਲੰਬੀ ਉਮਰ ਬਖਸ਼ੇ, ਵਧੀਆ ਪਰਮਾਤਮਾ ਉਹਦਾ ਪ੍ਰੋਗਰਾਮ ਚਲਾਵੇ, ਅੱਗੇ ਤੋਂ ਤੰਦਰੁਸਤੀ ਬਖਸ਼ੇ। ਕੱਲਾ ਕੱਲਾ ਬੱਚਾ, ਵੱਡਾ ਤੇ ਬਜ਼ੁਰਗ ਸਾਰੇ ਨੇ ਚਾਹੇ, ਇੰਨਾ ਨਜ਼ਾਰਾ ਕਦੇ ਨੀ ਆਇਆ ਜ਼ਿੰਦਗੀ ਜਿਹੜਾ ਅੱਜ ਜੀ ਆਇਆ। 12 ਵੱਜ ਚੁੱਕੇ ਆ, ਬਟ ਹਲੇ ਵੀ ਲੋਕਾਂ 'ਚ ਇੰਨੀ ਜ਼ਿਆਦਾ ਐਨਰਜੀ ਆ, ਘਰੇ ਜਾਣ ਦਾ ਬਿਲਕੁਲ ਦਿਲ ਨਹੀਂ ਕਰ ਰਿਹਾ। ਐਨਰਜੀ ਪਾਸ ਕਰ ਰਿਹਾ ਅੰਦਰ ਸੇ, ਮੇਰੇ ਵੱਲੋਂ ਮੇਰੇ ਆਉਣ ਵਾਲੇ ਯੂਥ ਲਈ ਮੈਂ ਐਨਰਜੀ ਪਾਸ ਕਰਦਾ ਹਾਂ। ਇਹ ਸਾਰਾ ਕੁਝ ਤੁਹਾਡੇ ਹੀ ਆ, ਮੇਰੇ ਬੰਦੇ ਕੁਛ ਨਹੀਂ। ਥੈਂਕ ਯੂ।